ਸਰ ਮੈਂ ਮੇਰਾ ਆਦਮੀ ਜਿਹੜਾ ਉਹ ਨੌਕਰੀ ਕਰਦਾ ਸੀ ਬਾਹਰ, ਉਹਨੇ ਦੂਜੀ ਜਨਾਨੀ ਰੱਖੀ ਦੀ, ਬੱਚੇ ਪੈਦਾ ਕੀਤੇ ਦੇ ਨੇ, ਅਤੇ ਇਸ ਗੱਲ ਦੇ ਉੱਤੇ ਜਦੋਂ ਉਹ ਰਿਟਾਇਰ ਹੋ ਕੇ ਆਇਆ ਉਹ ਕਹਿੰਦਾ ਮੈਂ ਕੋਈ ਰਿਟਾਇਰਮੈਂਟ ਦਾ ਪੈਸਾ ਨਹੀਂ ਦੇਣਾ, ਮੈਂ ਉਹਨਾਂ ਨੂੰ ਦੇਣਾ, ਮੈਂ ਤੁਹਾਨੂੰ ਜਾਣਦਾ ਨਹੀਂ, ਮੇਰੇ 3 ਬੱਚੇ ਨਾ, ਇੱਕ ਮੇਰਾ ਪੋਤਰਾ, ਇੱਕ ਮੇਰੀ ਪੋਤਰੀ ਆ, ਅਤੇ ਉਹ ਇਸ ਗੱਲ ਦੇ ਤੋਂ ਸਾਡਾ ਮਾੜਾ ਮੋਟਾ ਝਗੜਾ ਹੋਇਆ ਗੱਲਬਾਤ ਤੋਂ, ਅਤੇ ਉਹਨਾਂ ਮੇਰੇ ਸਿਰ 'ਚ ਡਰਾਟ ਮਾਰਿਆ, ਸਾਨੂੰ ਮੈਨੂੰ ਬਹੁਤ ਜ਼ਖਮੀ ਕੀਤਾ, ਬੜਾ ਮਾਰਿਆ, ਮੇਰੇ ਮੁੰਡੇ ਨੇ ਮੈਨੂੰ ਛਡਾਇਆ, ਉਹਨੂੰ ਵੀ ਬਹੁਤ ਮਾਰਿਆ, 2 ਮੇਰੇ ਬੱਚੇ ਉਹਨਾਂ ਨਾਲ ਸ਼ਰਾਬ ਪੀ ਕੇ ਲਾਏ ਦੇ ਸੀ, ਸਾਨੂੰ ਉਹਨਾਂ 3 ਨੇ ਬਹੁਤ ਮਾਰਿਆ, ਅਤੇ ਸਾਨੂੰ ਉਹ ਮਾਰ ਕੇ ਸੁੱਟ ਗਏ ਅਤੇ ਦੌੜ ਗਏ, ਅਤੇ ਸਾਨੂੰ ਮੇਰੇ ਪੰਚਾਇਤ ਮੈਂਬਰ, ਮੇਰੇ ਪਿੰਡ ਦੇ ਲੋਕਾਂ ਨੇ ਸਾਨੂੰ ਰਾਤ ਹੋਸਪਿਟਲ ਪਹੁੰਚਾਇਆ, ਸਾਡਾ ਟ੍ਰੀਟਮੈਂਟ ਕਰਾ ਕੇ, ਅਤੇ ਅਸੀਂ ਥਾਣੇ ਵੀ ਗਏ ਪਰਚਾ ਦੇਣ, ਅਤੇ ਅਸ਼ਵਨੀ ਜਿਹੜਾ SHO ਉਹ ਬੋਲਿਆ ਵੀ ਮੇਰੇ ਕੋਲ ਫੋਰਸ ਹੈ ਨਹੀਂ, ਮੈਂ ਤੁਹਾਡਾ ਪਰਚਾ ਨਹੀਂ ਦਰਜ ਕਰਨਾ, ਅਸੀਂ 1 ਹਫ਼ਤੇ ਬਾਅਦ ਫਿਰ ਗਏ, ਫਿਰ ਉਹਨੇ ਕਿਹਾ ਮਤਲਬ ਵੀ ਤੁਸੀਂ ਕੋਈ ਨਹੀਂ ਪਰਚਾ ਦਰਜ ਕਰਾ ਦਿਓ ਅਤੇ ਫੜ ਲਾਂਗੇ, ਉਹ ਪਰਚਾ ਮੈਨੂੰ ਕੋਈ ਦਰਜ ਨਹੀਂ ਕੀਤਾ, ਹੁਣ ਮੈਂ 18 ਦਿਨ ਬਾਅਦ ਫਿਰ ਉੱਥੇ ਗਈ ਹਾਂ, ਮੈਨੂੰ ਕਹਿੰਦੇ ਇੱਥੇ ਤੁਸੀਂ ਕਾਹਨੂੰ ਵਾਰ ਵਾਰ ਫੇਰੇ ਮਾਰ ਦਿਓ, ਕਿਤੇ ਕਮਰਾ ਕਿਰਾਏ 'ਤੇ ਲਓ, ਤੁਹਾਨੂੰ ਰਾਤ ਨੂੰ ਅੱਗੇ ਵੱਢ ਜਾਏਗਾ, ਉਹ ਕੀ ਪਤਾ ਕਿੱਥੇ ਆ ਨੇ, ਉਹਨਾਂ ਨੇ ਮੱਥੇ 'ਤੇ ਲਿਖਿਆ ਤਾਂ ਮੈਂ ਉਹਨਾਂ ਨੂੰ ਕਿੱਦਾਂ ਫੜ ਸਕਦਾ ਹਾਂ, ਅਤੇ ਸਾਨੂੰ ਉਹਨੇ ਜਵਾਬ ਦਿੱਤਾ ਸਾਫ ਉਲਟਾ, ਸਾਨੂੰ ਪ੍ਰੈਸ਼ਰ ਕਰਦਾ ਵੀ ਤੁਸੀਂ ਆਪਣਾ ਘਰ ਛੱਡ ਕੇ ਕਿਤੇ ਕਿਰਾਏ 'ਤੇ ਚੱਲ ਜਾਓ, ਤੁਹਾਨੂੰ ਰਾਤ ਕਿਸੇ ਵੇਲੇ ਵੀ ਉਹ ਮਾਰ ਸਕਦਾ, ਉਹਦੇ ਕੋਲ ਪੈਸੇ ਲੈ ਲੈਣੇ ਨਾ, ਅਤੇ ਸਾਡੀ ਕੋਈ ਸੁਣਵਾਈ ਨਹੀਂ ਹੋਣ ਦੇ ਜੀ, 18 ਦਿਨ ਹੋਇਆ, ਪੈਸੇ ਕਿੰਨੇ ਲਏ ਨੇ ਉਹਨਾਂ ਕੋਲੋਂ, ਹੁਣ ਮੈਨੂੰ ਨਹੀਂ ਪਤਾ ਜੀ, ਉਹ ਆਉਂਦਾ ਆ, ਇਹ ਹੁਣ SHO ਨੂੰ ਪਤਾ ਜਾਂ ਉਹਨੂੰ ਪਤਾ ਹੋਏਗਾ, ਉਹ ਰੋਜ਼ ਉੱਥੇ ਆ ਰਿਹਾ ਤਾਂ ਪੈਸੇ ਦੇ ਰਿਹਾ, ਸਾਡੀ ਕੋਈ ਪੁਲਿਸ ਸੁਣਵਾਈ ਨਹੀਂ ਕਰਨ ਦੇ ਜੀ, ਇਹ SI ਬਲਕਾਰ ਜਿਹੜਾ ਉਹ ਕਹਿੰਦਾ ਜੋ ਸਾਰੀ ਉਮਰ ਦਾ ਨਹੀਂ ਸੁਧਰਿਆ ਤੂੰ ਅੱਗੇ ਕਦੋਂ ਸੁਧਰ ਲੱਗੇ, ਛੱਡੋ ਪਰੇ, ਅਤੇ ਕੀ ਮੰਗ ਕਰਦੇ ਹੋ, ਅਸੀਂ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ਼ ਚਾਹੀਦਾ, ਸਰਕਾਰੀ ਨੌਕਰੀ ਕਰਦੇ ਹੋ, 2 ਜਨਾਨੀਆਂ ਰੱਖੀਆਂ, ਬੱਚੇ ਪੈਦਾ ਕਿਤੇ, ਕਾਨੂੰਨ ਨੂੰ ਧੋਖਾ ਦਿੱਤਾ, ਆਪਣੇ ਬੱਚਿਆਂ ਨੂੰ ਧੋਖਾ ਦਿੱਤਾ, ਮੈਨੂੰ ਧੋਖਾ ਦਿੱਤਾ, ਔਰ ਸਾਰੇ ਮੇਰੇ ਬੱਚਿਆਂ ਨੇ ਵੀ ਜ਼ਿੰਦਗੀ ਨੂੰ ਖਰਾਬ ਕਰਤੀ, ਮੇਰੀ ਜ਼ਿੰਦਗੀ ਵੀ ਖਰਾਬ ਕਰ ਦਿੱਤੀ, ਅਤੇ ਹੁਣ ਉਹ ਸਾਨੂੰ ਜਾਨੋਂ ਮਾਰ ਕੇ ਸੁੱਟ ਗਿਆ, ਮੈਨੂੰ ਇਨਸਾਫ਼ ਚਾਹੀਦਾ। ਗੱਲਬਾਤ ਸਰ, ਮੈਂ ਇਸ ਮਹੱਲੇ ਦੀ ਪੰਚਾਇਤ ਮੈਂਬਰ ਹਾਂ, ਅਤੇ ਇਹਨਾਂ ਨੂੰ ਨਾ ਉਸ ਦਿਨ 9:30 ਦਾ ਟਾਈਮ ਸੀਗਾ, ਅਤੇ ਇਹ ਦਵਾਈ ਲੈ ਕੇ ਆ ਰਹੇ ਸੀ, ਇਹਨਾਂ ਦੇ 2 ਬੇਟੇ ਅਤੇ ਨਾਲ ਬਲਵੀਰ ਸਿੰਘ, ਇਹਨਾਂ ਨੇ 3 ਨੇ ਇਹਨਾਂ 'ਤੇ ਵਾਰਦਾਤ ਕੀਤੀ, ਡਰਾਟ ਮਾਰਿਆ, ਕੁੱਟਿਆ ਮਾਰਿਆ, ਬਹੁਤ ਕੁਛ ਕੀਤਾ, ਅਸੀਂ ਸਾਰੇ ਮਹੱਲੇ ਵਾਲਿਆਂ ਨੇ ਰਲ ਕੇ ਅਤੇ ਇਹਨਾਂ 'ਤੇ ਇਹਨਾਂ ਨੂੰ ਲੈ ਕੇ ਗਏ ਹੋਸਪਿਟਲ, ਉੱਥੇ ਅਸੀਂ ਮੈਡੀਕਲ ਬਣਾਇਆ ਅਸੀਂ ਠਾਣੇ ਗਏ, ਅਤੇ ਉਹਨਾਂ ਨੇ ਸਾਨੂੰ ਕਿਹਾ ਕਿ ਅਜੇ ਇਹਨਾਂ 'ਤੇ ਪਰਚਾ ਨਹੀਂ ਦਰਜ ਹੋ ਸਕਦਾ, ਸਾਡੇ ਕੋਲ ਫੋਰਸ ਨਹੀਂ ਹੈਗੀ। ਫਿਰ ਹਫ਼ਤੇ ਬਾਅਦ ਬਲਵੀਰ ਸਿੰਘ ਦੀ ਜਨਾਨੀ ਗਈ, ਨਾਲ ਸਾਡਾ ਮੁੰਡਾ ਗਿਆ, ਅਤੇ ਉਹਨਾਂ ਨੇ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ, ਕਹਿੰਦੇ ਇਹ ਆਪੇ ਜਦੋਂ ਲੱਭੇਗਾ ਅਸੀਂ ਫੜ ਲਵਾਂਗੇ ਇਹਨੂੰ, ਕੋਈ ਵੀ ਮਤਲਬ ਕਾਰਵਾਈ ਨਹੀਂ ਹੋ ਰਹੀ, ਹੁਣ ਸਾਨੂੰ ਨਹੀਂ ਪਤਾ ਪੁਲਿਸ ਕਿਹੜੀ ਗੱਲੋਂ ਇਹਨਾਂ ਦਾ ਕੋਈ ਵੀ ਕੁਛ ਨਹੀਂ ਸੋਚ ਰਹੀ। ਕੀ ਲੱਗਦਾ ਮਿਲੀ ਹੋਈ ਹੈ ਪੁਲਿਸ ਉਹਨਾਂ ਨਾਲ? ਹਾਂ, ਹੋ ਸਕਦਾ ਮਿਲੀ ਹੋਏ ਸਰ। ਕੀ ਮੰਗ ਕੀ ਹੈ? ਮੰਗ ਇਹੋ ਕਿ ਇਹਨਾਂ ਦਾ ਇਨਸਾਫ਼ ਹੋਣਾ ਚਾਹੀਦਾ, ਕਿ ਗਾਂ ਤੂੰ ਬਾਕੀਆਂ ਨੂੰ ਵੀ ਨਸੀਹਤ ਹੋ ਜਾਏ ਕਿ ਇਹੋ ਜਿਹਾ ਗੰਦਾ ਕੰਮ, ਔਰ ਬਲਵੀਰ ਸਿੰਘ ਇਸ ਮਹੱਲੇ ਦੇ ਵਿੱਚ ਐਡਾ ਗੰਦਾ ਆਦਮੀ ਹੈ, ਕੋਈ ਹਿਸਾਬ ਨਹੀਂ, ਸਭ ਦੀਆਂ ਨੂੰਹਾਂ ਧੀਆਂ 'ਤੇ ਗੰਦੀ ਨਜ਼ਰ ਰੱਖਦਾ। ਪਹਿਲੇ ਵੀ 1-2 ਇਹ ਗੱਲਾਂ ਬਾਤਾਂ ਹੋਈਆਂ ਸੀਗੀਆਂ, ਅਸੀਂ ਕਿਹਾ ਵੀ ਸੀਗਾ, ਇਸ ਜਨਾਨੀ ਨੂੰ ਵੀ ਬੋਲਿਆ ਸੀਗਾ ਕਿ ਇਹ ਬੰਦਾ ਗੰਦਾ, ਇਹਦੇ 'ਤੇ ਕਾਰਵਾਈ ਕਰਨ ਦੇ, ਸਾਨੂੰ ਉਦੋਂ ਇਹ ਨਾਲ ਸੀਗੀ, ਸਾਡੀ ਮੰਨੀ ਨਹੀਂ ਸੀ ਇਹਨਾਂ ਨੇ। ਜਿਵੇਂ ਦੱਸਿਆ ਜਾ ਰਿਹਾ ਕਿ ਕੁਝ ਬੱਚੇ ਜਿਹੜੇ 2 ਦੇ ਬੱਚੇ ਵੀ ਇਦਾਂ ਦੇ ਉਹਨਾਂ ਕਰਦੇ, ਉਹ ਵੀ ਨਸ਼ੇ ਕਰਦੇ ਸਰ, ਪਤਾ ਨਹੀਂ ਉਹਨਾਂ ਦਾ ਪਿਤਾ ਉਹਨਾਂ ਨੂੰ ਕੀ ਖਵਾਉਂਦਾ ਕੀ ਨਹੀਂ, ਕਿਹੜੀ ਚੀਜ਼ ਦਾ ਨਸ਼ਾ ਕਰਾਉਂਦਾ, ਉਹ 24 ਘੰਟੇ ਨਸ਼ੇ 'ਚ ਹੀ ਰਹਿੰਦੇ ਆ, ਉਹ ਇਸ ਕਰਕੇ ਉਹਦੇ ਨਾਲ ਰਹਿ ਰਹੇ ਆ। ਕਮਲੇਸ਼ ਕੁਮਾਰੀ ਦਾ ਨਾਲ ਅਤੇ ਘਰ ਦੇ ਨਾਲ ਚੱਲਦਾ ਸੀਗਾ, ਅਤੇ ਪਹਿਲਾਂ ਤਾਂ ਸਾਡੇ ਕੋਲ ਰਾਜਨਾਮੇ ਬੇਸ 'ਤੇ ਟਾਈਮ ਟੂਮ ਦਿੰਦੇ ਰਹੇ, ਸਾਡਾ ਫੈਮਿਲੀ ਡਿਸਪਿਊਟ ਹੈਗਾ ਅਤੇ ਬਹਿ ਕੇ ਮੁੱਕ ਜਾਏਗਾ, ਅਤੇ ਫਿਲਹਾਲ ਚੱਲਣ ਡਈ ਆ ਉਹਨਾਂ ਦੀ ਕਾਰਵਾਈ, ਮੈਡੀਕਲ ਰਿਪੋਰਟ ਆਉਣ ਵਾਲੀ ਆ, ਆਉਣ 'ਤੇ ਅਗਲੀ ਕਾਰਵਾਈ ਕਰ ਦਿੰਦੇ, ਜੇ ਨਹੀਂ ਇਹਨਾਂ ਦਾ ਮੁੱਕਾ ਸਾਡੇ ਕੋਲ ਤਾਂ ਸਰ। ਹਜੇ ਤੱਕ ਕੀ ਕਾਰਵਾਈ ਕੀਤੀ ਤੁਸੀਂ? ਹਜੇ ਤੱਕ ਤਾਂ ਇਹਨਾਂ ਟਾਈਮ ਹੀ ਲਏ ਆ ਸਾਡੇ ਕੋਲ, ਸਾਨੂੰ ਟਾਈਮ ਦਿੱਤਾ ਜਾਏ, ਸਾਡਾ ਪਿੰਡ ਮੁੱਕ ਰਿਹਾ ਸੀਗਾ, ਅਤੇ ਫਿਰ ਵੀ ਅਸੀਂ ਮੈਡੀਕਲ ਦੀ ਉਡੀਕ ਕਰ ਰਹੇ ਹਾਂ, ਮੈਡੀਕਲ ਰਿਪੋਰਟ ਆਉਂਦੀ ਹੈ ਤਾਂ ਕਰ ਦਿੰਦੇ। ਫਿਰ ਕੀ ਕਾਰਵਾਈ ਬਣਦੀ ਆ ਉਹਨਾਂ? ਮੈਡੀਕਲ ਦੇ ਆਧਾਰ 'ਤੇ ਦੇਖ ਲਾਂਗੇ, ਜੋ ਜੁਰਮ ਬਣੇਗਾ 23-24 ਦਾ ਉਹਦੇ ਹਿਸਾਬ ਨਾਲ ਪੱਤੇ ਦਰਜ ਕਰ ਦੂੰਗੇ।